क्या करे जब किसी से किसी को प्यार हो जाए, जाने कहां कब किसी को किसी से प्यार हो जाए। I belong to music family actually, मेरे फादर उस्ताद फकीर हुसैन ਕੋਈ ਮਿਊਜ਼ਿਕ ਡਾਇਰੈਕਟਰ ਸਨ, ਉਹਨਾਂ ਕੋਲੋਂ ਮੈਂ ਮਿਊਜ਼ਿਕ ਦੀ ਤਾਲੀਮ ਲਈ। ਫਰੋਮ ਵੈਰੀ ਅਰਲੀ ਏਜ, ਮੈਨੂੰ ਯਾਦ ਨਹੀਂ ਹੈ ਜਦੋਂ ਦਾ ਮੈਂ ਸਿੰਗਿੰਗ ਕਰ ਰਿਹਾ, ਬਹੁਤ ਛੋਟਾ ਸਮੇਂ ਜਦੋਂ ਥੋੜ੍ਹਾ ਥੋੜ੍ਹਾ ਹੋਸ਼ ਹੈ ਕਿ ਮੈਨੂੰ ਮੇਰੇ ਫਾਦਰ ਕਹਿੰਦੇ ਸੀ ਕਿ ਕੁਛ ਗਾ ਕੁਛ ਮੇਰੇ ਕੋਲ ਸਿੱਖ ਲੈ, ਅਤੇ ਆਪਣੀ ਪੋਜੀਸ਼ਨ ਇਹ ਸੀ ਕਿ ਬਸ ਖੇਲਾਂ ਵਾਲੇ ਪਾਸੇ ਤਵੱਜੋ ਨਹੀਂ ਸੀ, ਕਦੀ ਸਿੱਖਿਆ ਨਹੀਂ ਉਹਨਾਂ ਕੋਲੋਂ, ਲੇਕਿਨ ਫਿਰ ਵੀ ਜੋ ਕੁਛ ਉਹਨਾਂ ਕੋਲੋਂ ਹੋ ਸਕਿਆ ਹਾਸਿਲ ਕੀਤਾ, ਅੱਜ ਇਹ ਵੇ ਕਿ ਕੁਛ ਗੁਜ਼ਾਰਾ ਕਰ ਰਹੇ ਹਾਂ, ਸਿੰਗਿੰਗ ਕਰ ਸਕਦੇ ਹਾਂ। ਆਪਣਾ ਸਾਰਾ ਸਨਮ ਹੋ ਜੀਵਨ, ਆਪਣਾ ਸਾਰਾ ਸਨਮ। ਜਿਸ ਤਰ੍ਹਾਂ ਰਿਆਜ਼ਤ ਹੋਣੀ ਚਾਹੀਦੀ ਆ, ਜਿਸ ਤਰ੍ਹਾਂ ਪ੍ਰੈਕਟਿਸ ਹੋਣੀ ਚਾਹੀਦੀ ਆ, ਉਸ ਤਰ੍ਹਾਂ ਤਾਂ ਹੁੰਦੀ ਨਹੀਂ। ਅੱਜ ਕੱਲ੍ਹ ਦਾ ਦੌਰ ਹੈ ਜਿਹਦੇ ਤੋਂ ਮੈਂ ਅਤੇ ਖਸੂਸੀ ਤੌਰ 'ਤੇ ਤੁਹਾਡੇ ਨਾਲ ਇਹ ਗੱਲ ਸ਼ੇਅਰ ਕਰਨਾ ਚਾਹਾਂਗਾ ਕਿ ਅੱਜ ਕੱਲ੍ਹ ਦੇ ਦੌਰ ਦੇ ਵਿੱਚ ਰਿਆਜ਼ਤ ਵਾਲਾ ਗਾਣਾ ਨਹੀਂ ਰਿਹਾ। ਅੱਜ ਕੱਲ੍ਹ ਤੁਸੀਂ ਖੁਦ ਵੀ ਦੇਖਦੇ ਹੋਗੇ ਚੈਨਲਸ ਦੇ ਉੱਤੇ ਐਸੇ ਐਸੇ ਆਰਟਿਸਟ ਵੀ ਸਿੰਗ ਕਰ ਰਹੇ ਨੇ ਕਿ ਜਿਨ੍ਹਾਂ ਨੂੰ ਮੌਸੀਕੀ ਦੀ ਅਲਿਫ ਬੇ ਦਾ ਵੀ ਨਹੀਂ ਪਤਾ, ਲੇਕਿਨ ਉਹ ਸਿੰਗਿੰਗ ਕਰ ਰਹੇ ਨੇ, ਉਹ ਟੌਪ ਸਟਾਰ ਨੇ। ਦੈਟਸ ਵਾਈ ਕਾਫੀ ਡਿਸਹਾਰਟ ਹੁੰਦਾ ਹੈ ਐਸਾ ਆਰਟਿਸਟ ਜਿਹੜਾ ਮਿਊਜ਼ਿਕ ਦੀ ਤਾਲੀਮ ਲੈ ਕੇ ਸਾਹਮਣੇ ਆਉਂਦਾ ਹੈ, ਟੈਲੈਂਟਡ ਹੁੰਦਾ ਹੈ ਲੇਕਿਨ ਸਾਹਮਣੇ ਨਹੀਂ ਆ ਸਕਦਾ। ਜਦੋਂ ਦੀ ਕਮਰਸ਼ੀਅਲ ਸਿੰਗਿੰਗ ਸਟਾਰਟ ਕੀਤੀ ਹੈ, ਉਸ ਦੇ ਵਿੱਚ ਤਾਂ ਫਿਰ ਅਸੀਂ ਇਹੀ ਦੇਖਦੇ ਹਾਂ ਕਿ ਅੱਗੇ ਪਬਲਿਕ ਕੀ ਮੰਗਦੀ ਆ। ਮੈਨੂੰ ਅਗਰ ਕੋਈ ਕਵੇ ਕਿ ਫੋਕ ਸਿੰਗਿੰਗ ਕਰਨੀ ਹੈ, ਤਾਂ ਮੈਂ ਪਾਕਿਸਤਾਨ ਦੇ ਅਤਾਉਲਾ ਤੋਂ ਲੈ ਕੇ ਅਤੇ ਇੰਡੀਆ ਦੇ ਜਿਹੜੇ ਫੋਕ ਸਿੰਗਰਸ ਉਹਨਾਂ ਦੇ ਵੀ ਸੌਂਗ ਸਿੰਗ ਕਰ ਲੈਣਾ। ਲੇਕਿਨ ਅਗਰ ਮੈਨੂੰ ਗਜ਼ਲ ਸਾਈਡ 'ਤੇ ਕਿਹਾ ਜਾਏ, ਤਾਂ ਮੈਂ ਗਜ਼ਲਸ ਵੀ ਗਾਉਣਾ, ਫਿਲਮੀ ਗੀਤ ਵੀ ਗਾਉਣਾ। ਤੋ ਮਜ਼ਬੂਤ ਗੱਲ ਹਰ ਨਵੇਂ ਸਿੰਗਰ ਵਾਸਤੇ ਸਿਰਫ ਇਹੀ ਹੈ ਕਿ ਨੌਲੇਜ, ਜਦ ਤੱਕ ਮਿਊਜ਼ਿਕ ਨੌਲੇਜ ਨਹੀਂ ਹੈ ਤਾਂ ਤੱਕ ਮਿਊਜ਼ਿਕ ਫੀਲਡ 'ਚ ਪੈਰ ਨਹੀਂ ਰੱਖਣਾ ਚਾਹੀਦਾ। ਕਿਉਂਕਿ ਕਿਸੇ ਵਕਤ ਵੀ, ਕਿਉਂਕਿ ਇਹ ਫੀਲਡ ਕਿਸੇ ਦੀ ਨਹੀਂ ਹੈ, ਇਹ ਫੀਲਡ ਕਿਸੇ ਦੀ ਵੀ ਨਹੀਂ ਹੈ, ਕਿਸੇ ਵਕਤ ਵੀ ਪ੍ਰੋਬਲਮ ਨੂੰ ਫੇਸ ਪ੍ਰੋਬਲਮ ਆ ਸਕਦੀ ਹੈ ਬੰਦੇ ਨੂੰ, ਕਿ ਬੰਦੇ ਨੂੰ ਨੌਲੇਜ ਹੋਣਾ ਚਾਹੀਦਾ ਮਿਊਜ਼ਿਕ ਦਾ, ਮੌਸੀਕੀ ਦਾ ਨੌਲੇਜ ਹੋਣਾ ਚਾਹੀਦਾ। ਬਗੈਰ ਮਿਊਜ਼ਿਕ ਦੇ ਨੌਲੇਜ ਤੋਂ ਅਗਰ ਕੋਈ ਸਿੰਗਿੰਗ ਕਰੇਗਾ ਤਾਂ ਉਹ ਬਲਾਇੰਡ ਹੈ ਬਿਲਕੁਲ। ਮਿਊਜ਼ਿਕ ਦੇ ਘਰਾਣੇ ਜਿਹੜੇ ਆ, ਉਹਨਾਂ ਨੂੰ ਗੋਡ ਗਿਫਟਿਡ ਹੈ, ਉਹਨਾਂ ਦੇ ਬੱਚੇ ਵੀ ਉਹ ਨਹੀਂ ਵੀ ਸਿੱਖਦੇ, ਅਤੇ ਕੁਛ ਨਾ ਕੁਛ ਮਿਊਜ਼ਿਕ ਦੇ ਵਿੱਚ ਉਹਨਾਂ ਦੀ ਜਿਹੜੀ ਐਕਟੀਵਿਟੀਜ਼ ਨੇ ਉਹ ਆਟੋਮੈਟਿਕਲੀ ਉਹਨਾਂ ਦੇ ਅੰਦਰ ਮੌਜੂਦ ਹੁੰਦੀ ਹੈ। ਉਹਨੂੰ ਫਿਰ ਥੋੜ੍ਹਾ ਜਿਹਾ ਪੋਲਿਸ਼ ਕਰੀਦਾ। ਪੋਲਿਸ਼ ਇਸ ਤਰ੍ਹਾਂ ਹੀ ਹੈ ਕਿ ਆਪਣੇ ਵੱਡਿਆਂ ਦੇ ਕੋਲ ਬਹਿਣ, ਵੱਡਿਆਂ ਕੋਲ ਪੁੱਛਣ, ਸਿੱਖਣ, ਉਹਦੀ ਤਾਲੀਮ ਹਾਸਿਲ ਕਰਨ, ਬੇਸਿਕ ਰਾਗ ਔਰ ਉਹਨਾਂ ਦੀ ਸਕੇਲਸ ਪਲਟੇ ਵਗੈਰਾ ਸਿੱਖਣ। ਉਸ ਤੋਂ ਬਾਅਦ ਹੀ ਉਹਨਾਂ ਨੂੰ ਪਤਾ ਚੱਲੇਗਾ ਕਿ ਰਾਗ ਕੀ ਹੈ, ਖਿਆਲ ਕੀ ਹੈ, ਠੁਮਰੀ ਕੀ ਹੈ। ਐਕਚੁਲੀ ਤਾਂ ਬੇਸਿਕ ਥਿੰਗਸ ਤਾਂ ਬਹੁਤ ਸਾਰੀਆਂ ਹਨ ਸੁਰਾਂ ਦੇ। ਐਕਚੁਲੀ ਜਿਹੜੀ ਦੁਨੀਆ ਦੇ ਉੱਤੇ ਮੌਸੀਕੀ ਚੱਲ ਰਹੀ ਹੈ, ਉਹਦੇ ਵਿੱਚ ਯੂਰਪ ਦੇ ਵਿੱਚ ਕਿਹੜੀ ਮੌਸੀਕੀ ਚੱਲ ਰਹੀ ਹੈ, ਇੰਡੀਆ ਪਾਕਿਸਤਾਨ ਦੇ ਵਿੱਚ ਕਿਹੜੀ ਮੌਸੀਕੀ ਚੱਲ ਰਹੀ ਹੈ। ਫੋਰ ਐਗਜ਼ਾਮਪਲ 12 ਸੁਰਾਂ ਦੀ ਮੌਸੀਕੀ ਹੈ ਪੂਰੀ ਦੁਨੀਆ ਦੇ ਉੱਤੇ, ਜਦਕਿ ਪਾਕਿਸਤਾਨ, ਇੰਡੀਆ ਔਰ ਜਾਂ ਬਰੇ ਸਗੀਰ ਅਸੀਂ ਕਹਾਂਗੇ ਉਹਨੂੰ, ਜਦੋਂ 7 ਸੁਰਾਂ ਦੀ ਮੌਸੀਕੀ ਕਿਹਾ ਗਿਆ, ਉਹਨਾਂ 12 ਸੁਰਾਂ ਦੇ ਵਿੱਚੋਂ ਹੀ ਅਸੀਂ ਤੀਵਰ ਔਰ ਕੋਮਲ ਨੂੰ ਅਲੱਗਾ ਕਰਕੇ 7 ਸੁਰ, 7 ਸੁਰਾਂ ਦੇ ਰਾਗ, ਕੁਝ ਰਾਗ 5 ਸੁਰਾਂ ਦੇ ਵੀ ਹੁੰਦੇ ਆ, ਕੁਝ 7 ਸੁਰਾਂ ਦੇ ਹੁੰਦੇ ਆ। ਅਤੇ ਬੇਸਿਕ ਨੌਲੇਜ ਹੈ, ਅਗਰ ਹੋਵੇ ਤਾਂ ਉਸ ਤੋਂ ਬਾਅਦ ਸਿੰਗਿੰਗ ਦੇ ਵਿੱਚ ਨਿਖਾਰ ਆ ਜਾਂਦਾ। ਗਾਣਾ ਜਿਹੜਾ ਉਹ ਗਲੇ ਦਾ ਤਾਂ ਹੁੰਦਾ ਹੀ ਹੈ, ਬੇਸਿਕ ਹੁੰਦਾ ਕਿ ਤੁਹਾਡੀ ਸਾਹ ਦਾ, ਸਾਹ ਔਰ ਗਲੇ ਦਾ ਗਾਣਾ। ਗਲੇ ਦਾ ਗਾਣਾ ਤੋਂ ਮਿਸਾਲ ਇਹ ਦਿੱਤੀ ਜਾਂਦੀ ਹੈ ਕਿ ਜਿਹੜੇ ਲੋਕ ਆਪਣੇ ਆਪ ਨੂੰ ਦਬਾ ਕੇ ਕੰਟਰੋਲ ਕਰਕੇ ਆਪਣੇ ਆਪ ਨੂੰ, ਅਸੀਂ ਪੰਜਾਬੀ 'ਚ ਇਹ ਕਹਾਂਗੇ ਕਿ ਗਲੇ ਨੂੰ ਘੁੱਟ ਕੇ ਗਾਣਾ, ਆਪਣੇ ਆਪ ਨੂੰ ਕਵਰ ਕਰਕੇ ਗਾਣਾ, ਉਹਨੂੰ ਕਹਿੰਦੇ ਸੀ ਗਲੇ ਦਾ ਗਾਣਾ। ਅਤੇ ਇੱਕ ਛਾਤੀ ਦਾ ਗਾਣਾ ਸੀ ਕਹਿੰਦੇ, ਜਿਹਨੂੰ ਖੁੱਲ੍ਹ ਕੇ ਆਵਾਜ਼ ਲਾਉਣੀ ਹੁੰਦੀ ਹੈ, ਆਵਾਜ਼ ਨੂੰ ਭਰ ਕੇ ਜਗਾ ਕੇ ਗਾਣਾ ਹੁੰਦਾ, ਉਹਨੂੰ ਕਹਿੰਦੇ ਸੀ ਛਾਤੀ ਤੋਂ ਗਾ ਰਿਹਾ, ਅੰਦਰੋਂ ਗਾ ਰਿਹਾ। ਡਿਫਰੈਂਟ ਟਾਈਪਸ ਦੀ ਲੋਕਾਂ ਦੀ ਇਹਦੇ ਬਾਰੇ 'ਚ ਰਾਏ ਸੀ।